कपिल शर्मा और गिन्नी हुए एक दूसरे के। कपिल शर्मा की शादी में पहुंचे नामवर सितारे। पंजाबी गायक गुरदास मान और संधू सिकंदर के गानों पर फिरके बुलाते हैं। ਤਿਆਰੀਆਂ ਨੇ ਅੱਜ ਦੀਆਂ ਜੀ? ਬਸ ਤੁਹਾਡੇ ਸਾਹਮਣੇ ਹੀ ਹੈ ਭਾਜੀ, ਬਹੁਤ ਵਧੀਆ ਤਿਆਰੀਆਂ ਨੇ। ਅਤੇ ਸਰ ਕਿੰਨਾ ਕੁ ਤੁਸੀਂ ਕਰ ਰਹੇ ਹੋ ਇੰਜੋਏ ਇਸਦਾ, ਇਸ ਮੈਰਿਜ ਨੂੰ? ਬਹੁਤ ਵਧੀਆ ਇੰਜੋਏ ਕਰ ਰਹੇ ਹਾਂ ਸਾਰੇ ਜੀ, ਸਾਡੇ ਬਾਹਰੋਂ ਰਿਲੇਟਿਵ ਆਏ ਨੇ ਭੂਆ ਜੀ ਸਾਡੇ। ਅਤੇ ਸਰ ਤੁਹਾਨੂੰ ਕਿੰਨਾ ਕੁ ਹੋ ਰਿਹਾ, ਖੁਸ਼ੀ ਦਾ ਮਾਹੌਲ ਤੁਹਾਡੇ ਵਾਸਤੇ ਕਿੰਨਾ ਗਿਆ? ਖੁਸ਼ੀ ਹੁੰਦੀ ਹੈ ਜੀ, ਨਿੱਕੇ ਭੈਣ ਤੋਂ ਵਿਆਹ ਦੀ ਖੁਸ਼ੀ ਕਿਹਨੂੰ ਨਹੀਂ ਹੋਏਗੀ ਸਰ, ਬਹੁਤ ਜ਼ਿਆਦਾ ਖੁਸ਼ੀ ਹੈ। ਦੱਸਣਾ ਚਾਹੋਗੇ ਮੈਂ ਪਬਲਿਕ ਨੂੰ, ਕਦੇ ਮੈਸੇਜ ਦੇਣਾ ਚਾਹੋ ਕੁਛ ਕਿਸੇ ਨੂੰ? ਹਾਂਜੀ ਠੀਕ ਹੈ ਸਰ, ਓਕੇ ਸਰ। ਬੀਬੀ ਰੋਕ ਲਓ ਇੱਕ ਮਿੰਟ, ਬੀਬੀ ਜੀ ਬੁਲਾ ਲਓ ਮਾਈਕ। ਗਿੰਨੀ ਦਾ ਵਿਆਹ ਹੋਣ ਵਾਲਾ ਅੱਜ, ਹੈਨਾ? ਤੇ ਲੰਮੇ ਪਿੰਡ ਦੀ ਗੱਲ ਕਰੀਏ, ਨਾਲਕਾ ਲੰਮਾ ਪਿੰਡ ਹੈਗਾ ਆ, ਕਿੰਨਾ ਕੁ ਚਿਰ ਤੁਹਾਡੇ ਕੋਲ ਉੱਥੇ ਖੇਡਦੀ ਰਹੀ ਜਦੋਂ ਛੋਟੀ ਹੁੰਦੀ ਸੀਗੀ? ਸਾਡੇ ਕੋਲ ਬਚਪਨ ਚ ਹੀ ਰਹੀ ਆ, ਬਹੁਤ ਖੇਡੀ ਆ, ਬਹੁਤ ਪਿਆਰ ਆ, ਨਾਨੀ ਨੇ ਬਹੁਤ ਪਿਆਰ ਦਿੱਤਾ। ਕਿੱਦਾਂ ਕਿੱਦਾਂ ਦਾ ਲੱਗ ਰਿਹਾ ਅੱਜ ਗਿੰਨੀ ਦਾ ਤੇ ਕਪਲ ਦਾ ਵਿਆਹ ਹੋਣ ਲੱਗਾ ਵਾ ਕਾਫੀ ਅਰਸੇ ਬਾਅਦ? ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਸ਼ਾਦੀ ਦਾ ਮਜ਼ਾ ਤਾਂ ਹੈਗਾ ਹੀ ਹੈ, ਔਰ ਸਭ ਤੋਂ ਜ਼ਿਆਦਾ ਅੱਛੀ ਬਾਤ ਜੋ ਮੈਨੂੰ ਲੱਗ ਰਹੀ ਹੈ ਕਿ ਕਪਿਲ ਨੇ ਪੰਜਾਬ ਮੈਂ ਆ ਕੇ ਸ਼ਾਦੀ ਕੀ ਹੈ ਔਰ ਰਿਚੁਅਲਸ ਕੇ ਸਾਥ ਸ਼ਾਦੀ ਕੀ ਹੈ, ਟ੍ਰੈਡੀਸ਼ਨ ਜੋ ਹੈ ਉਨਕੋ ਕਾਇਮ ਰੱਖਾ ਹੈ। ਇੰਟਰਨੈਸ਼ਨਲੀ ਪੰਜਾਬ ਕੇ ਟ੍ਰੈਡੀਸ਼ਨ ਕਾ, ਰਿਚੁਅਲਸ ਕਾ, ਰਸਮੋਂ ਕਾ, ਘੋੜੀਓ ਕਾ, ਸੁਹਾਗ ਜਾਗੋ ਕਾ ਲੋਗੋਂ ਕੋ ਪਤਾ ਚਲੇਗਾ ਕਿ ਹਮਾਰੇ ਰਿਚੁਅਲਸ ਕਿਆ ਹੋਤੇ ਹੈ, ਰਸਮੇਂ ਕਿਆ ਹੋਤੀ ਹੈ, ਵੋ ਸਭਸੇ ਜ਼ਿਆਦਾ ਖੁਸ਼ੀ ਕੀ ਬਾਤ ਹੈ। ਸ਼ਾਦੀਆਂ ਤੋ ਹੋਤੀ ਰਹਿਤੀ ਹੈ, ਮਗਰ ਯੇ ਸਪੈਸ਼ਲ ਸ਼ਾਦੀ ਆਈ ਥਿੰਕ ਇਸ ਲਈ। ਟਿਪਸ ਦੀ ਹੈ, ਬੜਾ ਮਜ਼ਾਕ ਉਡਾਇਆ ਇਹਨਾਂ ਨੇ ਸ਼ਾਦੀ ਸ਼ਾਦਾ ਲੋਕਾਂ ਕਾ, ਅੱਜ ਖੁਦ ਸ਼ਾਦੀ ਹੋ ਰਹੀ। ਟਿਪ ਯਹੀ ਹੈ ਬਸ ਕਿ ਆਪ ਦੇਖੋ ਸਾਲ ਕੇ ਬਾਅਦ ਕਿਆ ਹੋਤਾ ਹੈ, ਫਿਰ ਦੇਖਤੇ ਹੈ। ਬਹੁਤ ਬਹੁਤ ਮੁਬਾਰਕ ਸਰ।
ਭਾਜੀ ਮੈਨੂੰ ਬਹੁਤ ਖੁਸ਼ੀ ਆ, ਬਹੁਤ ਚਾਹ ਆ, ਬਹੁਤ ਜ਼ਿਆਦਾ ਐਕਸਾਈਟਮੈਂਟ ਆ ਅਤੇ ਬਹੁਤ ਦਿਲੋਂ ਪਿਆਰ ਆ ਸਾਰਿਆਂ ਦੇ ਨਾਲ, ਅਤੇ ਫਾਈਨਲੀ ਅਸੀਂ ਵੇਟ ਕਰ ਰਹੇ ਸੀ ਕਾਫੀ ਦਿਨਾਂ ਤੋਂ, ਲਗਾਤਾਰ ਸ਼ੁਰੂ ਸੀਗਾ ਇਹ ਜਿਹੜਾ ਇੱਕ ਮਾਹੌਲ ਸੀਗਾ, ਸੋ ਉਹ ਅੱਜ ਮੈਨੂੰ ਲੱਗਦਾ ਕਿ ਮੈਂ ਇੰਨੀਆਂ ਬੋਲੀਆਂ ਨਹੀਂ ਪਾਉਣੀਆਂ, ਪਹਿਲਾਂ ਬਹੁਤ ਪਾਤੀ, ਮੈਂ ਅੰਦਰ ਪਾਊਂਗਾ, ਅੰਦਰ 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 ਅੰਦਰ। ਕਪਿਲ ਜੀ ਨੂੰ ਔਰ ਸਾਰੇ ਪਰਿਵਾਰ ਨੂੰ ਔਰ ਬੱਚੀ ਦੇ ਪਰਿਵਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ, ਉਹ ਜੀਵਨ 'ਚ ਸਫਲ ਹੋਣ, ਉਹਨਾਂ ਦਾ ਜੀਵਨ ਸਫਲ ਹੋਏ, ਸੋ ਮੇਰੀਆਂ ਸ਼ੁਭਕਾਮਨਾਵਾਂ ਮੇਰੇ ਵੱਲੋਂ ਮੇਰੇ ਪਰਿਵਾਰ। ਕਹਿਣਾ ਚਾਹਾਂਗਾ ਕਿ ਕਪਿਲ ਸ਼ਰਮਾ ਅੰਮ੍ਰਿਤਸਰ ਵਿੱਚ ਪੈਦਾ ਹੋਏ ਲੇਕਿਨ ਪੂਰੀ ਦੁਨੀਆਂ ਵਿੱਚ ਨਾਂ ਹੋਇਆ, ਗੁਰੂਆਂ ਪੀਰਾਂ ਦੀ ਧਰਤੀ 'ਤੇ ਬੰਦੇ ਜਿਹੜੇ ਵੀ ਪੈਦਾ ਹੁੰਦੇ ਆ ਖੁਸ਼ਨਸੀਬ ਹੈ, ਇਹ ਬਹੁਤ ਵੱਡੇ ਖੁਸ਼ਨਸੀਬਾਂ 'ਚੋਂ ਇੱਕ ਆ। ਅੱਜ ਦੀ ਜੋੜੀ ਬੜੀ ਅਹਿਮ ਹੈ, ਅੱਜ ਦੀ ਸ਼ਾਦੀ ਬੜੀ ਅਹਿਮ ਹੈ, ਜਿਹਨਾਂ ਨੂੰ ਸਾਰੇ ਲੋਕ ਤਰਸਦੇ ਨੇ ਵੇਖਣ ਲਈ, ਉਹ ਵੀ ਸਾਰੇ ਇੱਕ ਦੂਜੇ ਨੂੰ ਪੁੱਛਦੇ ਤੈਨੂੰ ਨਹੀਂ ਬੁਲਾਇਆ, ਤੈਨੂੰ ਨਹੀਂ ਬੁਲਾਇਆ। ਆਮ ਤੌਰ 'ਤੇ ਲੋਕ ਕਹਿੰਦੇ ਹੁੰਦੇ ਯਾਰ ਉੱਥੇ ਜਾਣਾ ਹੀ ਪੈਣਾ ਉਸ ਸ਼ਾਦੀ 'ਤੇ, ਇਹ ਪਹਿਲੀ ਸ਼ਾਦੀ ਆ ਜਿੱਥੇ ਦੱਸਦੇ ਨੇ ਲੋਕ ਕਿ ਮੈਂ ਜਾ ਰਿਹਾ। ਭਾਜੀ ਮੈਨੂੰ ਬਹੁਤ ਖੁਸ਼ੀ ਆ, ਬਹੁਤ ਚਾਹ ਆ, ਬਹੁਤ ਜ਼ਿਆਦਾ ਐਕਸਾਈਟਮੈਂਟ ਆ ਅਤੇ ਬਹੁਤ ਦਿਲੋਂ ਪਿਆਰ ਆ ਸਾਰਿਆਂ ਦੇ ਨਾਲ, ਅਤੇ ਫਾਈਨਲੀ ਅਸੀਂ ਵੇਟ ਕਰ ਰਹੇ ਸੀ ਕਾਫੀ ਦਿਨਾਂ ਤੋਂ, ਲਗਾਤਾਰ ਸ਼ੁਰੂ ਸੀਗਾ ਇਹ ਜਿਹੜਾ ਇੱਕ ਮਾਹੌਲ ਸੀਗਾ, ਸੋ ਉਹ ਅੱਜ ਮੈਨੂੰ ਲੱਗਦਾ ਕਿ ਮੈਂ ਇੰਨੀਆਂ ਬੋਲੀਆਂ ਨਹੀਂ ਪਾਉਣੀਆਂ, ਪਹਿਲਾਂ ਬਹੁਤ ਪਾਤੀ, ਮੈਂ ਅੰਦਰ ਪਾਊਂਗਾ, ਅੰਦਰ 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 ਅੰਦਰ। ਕਪਿਲ ਜੀ ਨੂੰ ਔਰ ਸਾਰੇ ਪਰਿਵਾਰ ਨੂੰ ਔਰ ਬੱਚੀ ਦੇ ਪਰਿਵਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ, ਉਹ ਜੀਵਨ 'ਚ ਸਫਲ ਹੋਣ, ਉਹਨਾਂ ਦਾ ਜੀਵਨ ਸਫਲ ਹੋਏ, ਸੋ ਮੇਰੀਆਂ ਸ਼ੁਭਕਾਮਨਾਵਾਂ ਮੇਰੇ ਵੱਲੋਂ ਮੇਰੇ ਪਰਿਵਾਰ। ਰਾਮਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ ਟੀਵੀ, ਲੁਧਿਆਣਾ।